ਤਾਂ ਹਾਂਜੀ ਦੋਸਤੋ, ਪੰਜਾਬੀ ਗਿਆਨ ਚੈਨਲ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਅਤੇ ਐਲਬਮ ਦੇ ਨਾਲ ਜੁੜੀ ਹੋਈ ਇੱਕ ਹੋਰ ਨਵੀਂ ਅਤੇ ਵੱਡੀ ਅਪਡੇਟ ਆ ਉਹ ਤੁਹਾਡੇ ਸਾਰਿਆਂ ਦੇ ਲਈ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਤਾਂ ਜਿਵੇਂ ਕਿ ਆਪਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਹੁਣ ਤੱਕ ਕਰਨ ਔਜਲੇ ਦੀ ਟੀਮ ਦੇ ਵੱਲੋਂ ਆਪਣੀ ਐਲਬਮ ਬਾਰੇ ਉਹ ਕੋਈ ਵੀ ਅਪਡੇਟ ਉਹ ਨਹੀਂ ਦਿੱਤੀ ਗਈ, ਜਦੋਂ ਕਿ ਕਰਨ ਔਜਲੇ ਨੇ ਕਿਹਾ ਸੀਗਾ ਕਿ ਉਹ ਇੱਕ ਦੋ ਦਿਨ ਦੇ ਵਿੱਚ ਲਾਈਵ ਆ ਕੇ ਸਾਰੀ ਅਪਡੇਟ ਉਹ ਦੇਣ ਵਾਲਾ ਐਲਬਮ ਦੇ ਰਿਲੇਟਡ। ਅਤੇ ਪੂਰੇ 25-26 ਦਿਨ ਹੋ ਚੁੱਕੇ ਹਨ, ਹਾਲੇ ਤੱਕ ਕਰਨ ਔਜਲੇ ਨੇ ਕੁਝ ਵੀ ਨਹੀਂ ਕਿਹਾ ਆਪਣੀ ਐਲਬਮ ਬਾਰੇ। ਅਤੇ ਹੁਣ ਤੁਹਾਨੂੰ ਸਾਰਿਆਂ ਨੂੰ ਦੱਸ ਦਈਏ ਕਿ ਐਲਬਮ ਦੇ ਵਿੱਚ ਹੈ ਉਹ ਹੋਰ ਜ਼ਿਆਦਾ ਦੇਰੀ ਆ ਉਹ ਹੋ ਸਕਦੀ ਹੈ, ਕਿਉਂਕਿ ਕਰਨ ਔਜਲੇ ਦੀ ਐਲਬਮ ਬਾਰੇ ਹੁਣ ਇੱਕ ਹੋਰ ਅਪਡੇਟ ਆ ਰਹੀ ਹੈ ਜਿੱਥੇ ਕਿਹਾ ਜਾ ਰਿਹਾ ਕਿ ਕਰਨ ਔਜਲੇ ਦੀ ਐਲਬਮ ਦੀ ਦੂਜੀ ਇੰਟਰੋ ਵੀ ਉਹ ਆ ਸਕਦੀ ਹੈ। ਅਤੇ ਇਸ ਅਪਡੇਟ ਬਾਰੇ ਤੁਹਾਨੂੰ ਦੱਸ ਦਈਏ ਕਿ ਕਿੱਦਾਂ .com ਵਾਲਿਆਂ ਨੇ ਆਪਣੇ ਇੰਸਟਾਗ੍ਰਾਮ ਪੇਜ ਦੇ ਉੱਪਰ ਇੱਕ ਪੋਸਟ ਸ਼ੇਅਰ ਕੀਤੀ ਸੀ ਜਿਸ ਦੇ ਉੱਪਰ ਉਹਨਾਂ ਨੇ ਇਹੀ ਗੱਲਾਂ ਲਿਖੀਆਂ ਸੀਗੀਆਂ ਕਿ ਕਰਨ ਔਜਲੇ ਦੀ ਐਲਬਮ ਦੀ ਉਹ ਦੂਜੀ ਇੰਟਰੋ ਆ ਸਕਦੀ ਹੈ। ਵੈਸੇ ਤਾਂ ਇਸ ਚੀਜ਼ ਦੇ ਉੱਪਰ ਕੋਈ ਵੀ ਯਕੀਨ ਕਰਨਾ ਉਹ ਨਹੀਂ ਬਣਦਾ, ਕਿਉਂਕਿ ਅੱਜ ਤੱਕ ਕਿਸੇ ਵੀ ਐਲਬਮ ਦੀਆਂ ਦੋ ਇੰਟਰੋ ਹਨ ਉਹ ਨਹੀਂ ਆਈਆਂ। ਪਰ ਇਸ ਪੋਸਟ ਨੂੰ ਤੁਹਾਨੂੰ ਦੱਸ ਦਈਏ ਕਿ ਦੀਪ ਰਿਹਾਨ ਨੇ ਲਾਈਕ ਕੀਤਾ ਸੀਗਾ ਆਪਣੇ ਅਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ਦੇ ਉੱਪਰੋਂ, ਜਿਸ ਤੋਂ ਬਾਅਦ ਕਿ ਸਾਰੇ ਹੀ ਚਾਹੁਣ ਵਾਲਿਆਂ ਨੂੰ ਵੀ ਇਹ ਲੱਗਿਆ ਕਿ ਇਹ ਗੱਲ ਸੱਚ ਹੋ ਸਕਦੀ ਹੈ ਕਿ ਕਰਨ ਔਜਲੇ ਦੀ ਐਲਬਮ ਦੀ ਉਹ ਦੂਜੀ ਇੰਟਰੋ ਆਵੇਗੀ। ਅਤੇ ਜੇਕਰ ਐਲਬਮ ਦੀ ਦੂਜੀ ਇੰਟਰੋ ਉਹ ਆਉਂਦੀ ਹੈ ਤਾਂ ਆਪਾਂ ਨੂੰ ਐਲਬਮ ਦੇ ਲਈ ਘੱਟੋ ਘੱਟ 20-25 ਦਿਨਾਂ ਦਾ ਹੋਰ ਇੰਤਜ਼ਾਰ ਉਹ ਕਰਨਾ ਪੈ ਸਕਦਾ ਹੈ, ਕਿਉਂਕਿ ਉਸ ਤੋਂ ਪਹਿਲਾਂ ਇੰਟਰੋ ਦਾ ਪੋਸਟਰ ਉਹ ਰਿਲੀਜ਼ ਕੀਤਾ ਜਾਵੇਗਾ, ਫਿਰ ਇੰਟਰੋ ਅਤੇ ਫਿਰ ਉਸ ਤੋਂ ਬਾਅਦ ਐਲਬਮ ਦਾ ਪੋਸਟਰ ਅਤੇ ਫਿਰ ਪੂਰੀ ਐਲਬਮ ਰਿਲੀਜ਼ ਕੀਤੀ ਜਾਵੇਗੀ। ਪਰ ਹੈਗੇ ਬਹੁਤ ਹੀ ਘੱਟ ਚਾਂਸਸ ਹਨ ਕਿ ਆਪਾਂ ਨੂੰ ਦੂਜੀ ਇੰਟਰੋ ਵੇਖਣ ਨੂੰ ਮਿਲੇਗੀ। ਅਤੇ ਤੁਹਾਨੂੰ ਕੀ ਲੱਗਦਾ ਇਸ ਦੇ ਬਾਰੇ ਕਮੈਂਟ ਕਰਕੇ ਜ਼ਰੂਰ ਦੱਸੋ। ਅਤੇ ਬਾਕੀ ਜਿਵੇਂ ਦੀ ਅਪਡੇਟ ਆਪਣੇ ਤੱਕ ਆਈ ਸੀ ਆਪਾਂ ਨੇ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ। ਅਤੇ ਇੱਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ 'ਤੇ ਸੈੱਟ ਕਰਕੇ ਰੱਖਿਓ। ਅਤੇ ਮਿਲਦੇ ਆਪਣੀ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ।